ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ +1 ਅਤੇ +2 ਜਮਾਤ ਦੇ ਵਿਦਿਆਰਥੀਆਂ ਲਈ ਜੁਲਾਈ ਟੈਸਟ ਦੀ ਡੇਟਸ਼ੀਟ ਜਾਰੀ ਹੋ ਚੁੱਕੀ ਹੈ ਤੁਹਾਡੇ ਪੇਪਰ 5 ਜੁਲਾਈ 2021 ਤੋਂ ਸ਼ੁਰੂ ਹੋਣਗੇ 5 ਜੁਲਾਈ 2021 ਦਿਨ ਸੋਮਵਾਰ +1 ਕਲਾਸ ਦਾ ਪੰਜਾਬੀ ਜਨਰਲ ਦਾ ਪੇਪਰ ਹੋਏਗਾ ਅਤੇ +2 ਕਲਾਸ ਦਾ ਅੰਗਰੇਜ਼ੀ ਜਨਰਲ ਦਾ ਪੇਪਰ ਹੋਏਗਾ ਉਸ ਤੋਂ ਬਾਅਦ 6 ਜੁਲਾਈ 2021 ਦਿਨ ਮੰਗਲਵਾਰ ਨੂੰ +1 ਦਾ ਅੰਗਰੇਜ਼ੀ ਜਨਰਲ ਦਾ ਪੇਪਰ ਹੋਏਗਾ ਅਤੇ +2 ਕਲਾਸ ਦਾ ਕੰਪਿਊਟਰ ਸਾਇੰਸ ਦਾ ਪੇਪਰ ਹੋਏਗਾ। ਉਸ ਤੋਂ ਬਾਅਦ ਡੇਟ ਵਾਈਜ਼ ਤੁਸੀਂ ਆਪਣੀ ਡੇਟ ਸ਼ੀਟ ਨੋਟ ਕਰ ਸਕਦੇ ਹੋ ਕਿ ਤੁਹਾਡਾ ਕਿਹੜੇ ਸਬਜੈਕਟ ਦਾ ਪੇਪਰ ਕਿਸ ਦਿਨ ਹੋਣਾ ਹੈ ਤਾਂ ਜੋ ਤੁਹਾਨੂੰ ਐਗਜ਼ਾਮ ਵਿੱਚ ਕੋਈ ਪ੍ਰੋਬਲਮ ਨਾ ਆਵੇ। ਪੇਪਰਾਂ ਨਾਲ ਸੰਬੰਧਿਤ ਜ਼ਰੂਰੀ ਹਦਾਇਤਾਂ +1 ਅਤੇ +2 ਜਮਾਤਾਂ ਲਈ ਇਸ ਪ੍ਰੀਖਿਆ ਲਈ ਸਿਲੇਬਸ 22 ਮੰਥਲੀ ਡਿਸਟ੍ਰੀਬਿਊਸ਼ਨ ਅਨੁਸਾਰ April May 2021 ਤੱਕ ਦਾ ਹੋਵੇਗਾ। ਪੇਪਰਾਂ ਦਾ ਸਿਲੇਬਸ April May ਦਾ ਹੋਵੇਗਾ। ਇਹ ਪ੍ਰੀਖਿਆ ਆਨਲਾਈਨ ਹੋਏਗੀ। Google Quiz ਦੀ ਫਾਰਮ ਵਿੱਚ ਹੋਏਗੀ ਅਤੇ ਸਾਰੇ ਪ੍ਰਸ਼ਨ MCQ ਹੋਣਗੇ, ਮਲਟੀਪਲ ਚੁਆਇਸ ਕੁਐਸਚਨਸ ਹੋਣਗੇ। ਕੁੱਲ ਪ੍ਰਸ਼ਨ 20 ਹੋਣਗੇ ਅਤੇ ਹਰੇਕ ਪ੍ਰਸ਼ਨ ਦੇ ਅੰਕ 2 ਹੋਣਗੇ। ਟੋਟਲ ਪੇਪਰ 40 ਨੰਬਰ ਦਾ ਹੋਏਗਾ ਇਹਨਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਆਪਣੀ ਈ ਪੰਜਾਬ ਆਈਡੀ ਪਰਨਗੇ ਇਹਨਾਂ ਪੇਪਰਾਂ ਵਾਸਤੇ ਈ ਪੰਜਾਬ ਆਈਡੀ ਬਹੁਤ ਜ਼ਰੂਰੀ ਹੈ ਸੋ ਵਿਦਿਆਰਥੀਓ ਆਪਣੀ ਆਈਡੀ ਯਾਦ ਕਰ ਲਵੋ ਤਾਂ ਜੋ ਤੁਹਾਨੂੰ ਪੇਪਰਾਂ ਵਿੱਚ ਕੋਈ ਮੁਸ਼ਕਿਲ ਨਾ ਆਵੇ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਪੇਪਰਾਂ ਦੀ ਡੇਟ ਸ਼ੀਟ ਅਤੇ ਜ਼ਰੂਰੀ ਹਦਾਇਤਾਂ ਬਾਰੇ ਜਾਣਕਾਰੀ मिल गई ਹੋਵੇਗੀ 올ਰੀ ਬੈਸਟ ਫਾਰ ਯੂਅਰ ਐਗਜ਼ਾਮਸ ਬੈਸਟ ਵਿਸ਼ੇਸ